ਸਾਸਿਕਲ ਫਰੈਂਡਸ ਵੈਲਕਮ ਟੂ ਮਾਈ ਚੈਨਲ ਦੇਸੀ ਫੂਡੀਸ ਟੇਸਟ ਦਿਸ ਹਾਲ ਆਫ ਫੂਡ ਅੱਜ ਅਸੀਂ ਬਣਾਵਾਂਗੇ ਗੰਢ ਗੋਭੀ ਉਹਦੇ ਲਈ ਅਸੀਂ ਲਈ ਹੈ ਗੰਢ ਗੋਭੀ ਜਿਹੜੀ ਐਵੇਂ ਦੀ ਹੁੰਦੀ ਆ ਵੇਖੋ ਇਹਨੂੰ ਸਭ ਤੋਂ ਪਹਿਲਾਂ ਅਸੀਂ ਛਿੱਲ ਕੇ ਤੇ ਚੀਰਾਂਗੇ ਤੇ ਇਹਦੇ ਲਈ ਜਿਹੜੇ ਇੰਗਰੀਡੀਐਂਟਸ ਚਾਹੀਦੇ ਨੇ ਸਾਰੇ ਉਹਨੇ ਟਮਾਟਰ ਲਏ ਆ ਬਰੀਕ ਕੱਟਿਆ ਹੋਇਆ ਪਿਆਜ਼ ਬਰੀਕ ਕੱਟਿਆ ਹੋਇਆ ਧਨੀਆ ਗਾਰਲਿਸ਼ ਵੀ ਬਰੀਕ ਕੱਟਿਆ ਹੋਇਆ ਮੀਟ ਮਸਾਲਾ ਕਸ਼ਮੀਰੀ ਮਿਰਚ ਜੇ ਤੁਸੀਂ ਮੀਟ ਮਸਾਲਾ ਨਹੀਂ ਯੂਜ ਕਰਨਾ ਤਾਂ ਗਰਮ ਮਸਾਲਾ ਯੂਜ ਕਰ ਸਕਦੇ ਉਹਦੀ ਜਗ੍ਹਾ ਜੀਰਾ ਲਏ ਆ ਧਨੀਆ ਪਾਊਡਰ ਨਮਕ ਲਾਲ ਮਿਰਚ ਦੀ ਜਗ੍ਹਾ ਤੁਸੀਂ ਹਰੀ ਮਿਰਚ ਵੀ ਯੂਜ ਕਰ ਸਕਦੇ ਹੋ ਹਿੰਗ ਲਈ ਹੈ ਅਤੇ ਹੁਣ ਇਹਨੂੰ ਸਭ ਤੋਂ ਪਹਿਲਾਂ ਅਸੀਂ ਛਿੱਲ ਕੇ ਅਤੇ ਇਹਨੂੰ ਬਰੀਕ ਬਰੀਕ ਕੱਟ ਲਾਂਗੇ ਹੁਣ ਅਸੀਂ ਪੈਨ 'ਚ ਤੇਲ ਲੈ ਲਿਆ ਤੜਕੇ ਦੇ ਤੇਲ ਸਾਡਾ ਗਰਮ ਹੋ ਗਿਆ ਇਹਦੇ 'ਚ ਥੋੜ੍ਹੀ ਜਿਹੀ ਅਸੀਂ ਹਿੰਗ ਐਡ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਪਾ ਲਾਂਗੇ ਪੇਸਟ ਵੀ ਐਡ ਕਰ ਸਕਦੇ ਹੋ ਹੁਣ ਪਿਆਜ਼ ਜਿਹੜੇ ਨੇ ਥੋੜੇ ਜਿਹੇ ਪਿੰਕਿਸ਼ ਵੀ ਹੋ ਗਏ ਹੁਣ ਇਹਦੇ 'ਚ ਅਸੀਂ ਟਮਾਟਰ ਐਡ ਕਰਾਂਗੇ ਬਰੀਕ ਕੱਟਿਆ ਇਹਨੂੰ ਵੀ ਚੰਗੀ ਤਰ੍ਹਾਂ ਭੁੰਨ ਲਾਂਗੇ ਹੁਣ ਤੜਕਾ ਸਾਡਾ ਚੰਗੀ ਤਰ੍ਹਾਂ ਭੁੰਨ ਚੁੱਕਿਆ ਹੁਣ ਇਹਦੇ 'ਚ ਅਸੀਂ ਨਮਕ ਐਡ ਕਰਾਂਗੇ ਟੇਸਟ ਦੇ ਅਕੋਰਡਿੰਗ ਲਾਲ ਮਿਰਚ ਪਾਊਡਰ ਅਜੇ ਅਸੀਂ ਕਸ਼ਮੀਰੀ ਮਿਰਚ ਵੀ ਪਾਈ ਰੈਡ ਚਿੱਲੀ ਅਸੀਂ ਚੰਗੀ ਤਰ੍ਹਾਂ ਭੁੰਨ ਡਰਾਈ ਪਾਏ ਹੁਣ ਜਿਹੜੇ ਡਰਾਈ ਮਸਾਲੇ ਨੇ ਉਹ ਵੀ ਅਸੀਂ ਚੰਗੀ ਤਰ੍ਹਾਂ ਭੁੰਨ ਲੈਣ ਅਤੇ ਤੇਲ ਛੱਡ ਲੈਣ ਮਸਾਲੇ ਨੂੰ ਹੁਣ ਇਹਦੇ 'ਚ ਅਸੀਂ ਕਸ਼ਮੀਰੀ ਮਿਰਚ ਐਡ ਕਰਾਂਗੇ ਥੋੜ੍ਹੀ ਜਿਹੀ ਇਹਨਾਂ ਨੂੰ ਰੈਡ ਕਲਰ ਜਿਹਾ ਵਧੀਆ ਜਿਹਾ ਆਏਗਾ ਇਹਦੇ 'ਚ ਕਲਰ ਇਹ ਤਿੱਖੀ ਨਹੀਂ ਹੁੰਦੀ ਬਸ ਕਲਰ ਵੀ ਹੁੰਦੀ ਹੈ ਹੁਣ ਇਹਦੇ 'ਚ ਅਸੀਂ ਸਬਜ਼ੀ ਜਿਹੜੀ ਗੰਢ ਗੋਭੀ ਕੱਟੀ ਹੈ ਬਰੀਕ ਚੰਗੀ ਤੇ ਆਪਾਂ ਛਿੱਲ ਕੇ ਇਹਨੂੰ ਕੱਟ ਲਿਆ ਹੈਗਾ ਛੋਟੇ ਛੋਟੇ ਪੀਸ 'ਚ ਹੁਣ ਇਹਦੇ 'ਚ ਅਸੀਂ ਐਡ ਕਰ ਦਾਂਗੇ ਆਪਣੀ ਗੋਭੀ ਮਿਕਸ ਕਰ ਲਾਂਗੇ ਹੁਣ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਏ ਸਾਰੇ ਮਸਾਲੇ ਇਹਦੇ 'ਤੇ ਕੋਟ ਹੋ ਗਿਆ ਹੁਣ ਇਹਨੂੰ ਢੱਕ ਕੇ ਅਸੀਂ ਪਕਾਵਾਂਗੇ ਜਦੋਂ ਤੱਕ ਚੰਗੀ ਤਰ੍ਹਾਂ ਨਹੀਂ ਪੱਕਦੇ ਹੁਣ ਸਾਡੀ ਸਬਜ਼ੀ ਚੰਗੀ ਤਰ੍ਹਾਂ ਬਣ ਗਈ ਹੈ ਹੁਣ ਇਹਨੂੰ ਅਸੀਂ ਰਿਮੂਵ ਕਰ ਲਾਂਗੇ ਗੈਸ ਬੰਦ ਕਰਨ ਤੋਂ ਪਹਿਲਾਂ ਇਹਦੇ 'ਚ ਪਾਵਾਂਗੇ ਮੀਟ ਮਸਾਲਾ ਧਨੀਆ ਪਾਊਡਰ ਇਹਨਾਂ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿਹੜਾ ਧਨੀਆ ਪਾਊਡਰ ਤੇ ਮੀਟ ਮਸਾਲਾ ਅਸੀਂ ਲਾਸਟ 'ਚ ਐਡ ਕਰਨਾ ਤਾਂ ਕਿ ਉਹਦੇ ਫਲੇਵਰ ਚੰਗੀ ਤਰ੍ਹਾਂ ਆ ਸਕਣ ਤੇ ਇਹਦੇ 'ਚ ਹੁਣ ਸਾਰਾ ਕੁਛ ਅਸੀਂ ਮਸਾਲੇ ਐਡ ਕਰਨ ਤੋਂ ਬਾਅਦ ਧਨੀਆ ਪਾਊਡਰ ਤੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਇਹਦੇ 'ਚ ਆਪਾਂ ਹਰਾ ਧਨੀਆ ਪਾਵਾਂਗੇ ਤੇ ਇਹਨੂੰ ਹੁਣ ਸਰਵ ਕਰ ਲਾਂ ਸਾਡੀ ਹੁਣ ਗੰਢ ਗੋਭੀ ਦੀ ਸਬਜ਼ੀ ਬਣ ਕੇ ਰੈਡੀ ਹੈ ਵੇਖ ਸਕਦੇ ਕਿੰਨੀ ਵਧੀਆ ਮਨ ਲੱਗਦੀ ਪਈ ਹੈ ਤੇ ਆ ਜਿਹੜੀ ਸਬਜ਼ੀ ਵਿੰਟਰਸ 'ਚ ਹੁੰਦੀ ਹੈ ਗੰਢ ਗੋਭੀ ਤੇ ਜੇ ਤੁਸੀਂ ਇਹਦੇ 'ਚ ਆਲੂ ਐਡ ਕਰਨਾ ਚਾਹੋ